ਸੁਨੀਲ ਜਾਖੜ ਦੇ ਨਾਲ ਜੁੜੀ ਹੋਈ ਹੈ ਤੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਨਾਲ ਜੁੜੀ ਵੱਡੀ ਖਬਰ ਹੈ। ਬੀਜੇਪੀ ਨੇ ਅਸਤੀਫੇ ਦੀ ਖਬਰ ਦਾ ਖੰਡਨ ਕੀਤਾ ਹੈ। ਬੀਜੇਪੀ ਨੇ ਕਿਹਾ ਕਿ ਜਾਖੜ ਨੇ ਕੋਈ ਵੀ ਅਸਤੀਫਾ ਨਹੀਂ ਦਿੱਤਾ, ਜਾਖੜ ਨੇ ਪ੍ਰਧਾਨਗੀ ਤੋਂ ਰਿਜ਼ਾਈਨ ਨਹੀਂ ਕੀਤਾ। ਜਾਖੜ ਦੇ ਅਸਤੀਫੇ ਦੀ ਖਬਰ ਬੇਹੱਦ ਇੱਕ ਅਫਵਾਹ ਰਿਊਮਰ ਹੈ। ਜਾਖੜ ਦੀ ਨਾਰਾਜ਼ਗੀ ਦੀਆਂ ਖਬਰਾਂ ਵੀ ਗਲਤ ਨੇ। ਬੀਜੇਪੀ ਦੇ ਵੱਲੋਂ ਕਲੀਅਰ ਕੀਤਾ ਗਿਆ, ਸਪਸ਼ਟ ਕੀਤਾ ਗਿਆ। ਬੀਜੇਪੀ ਦਾ ਕਹਿਣਾ ਹੈ ਕਿ ਜਾਖੜ ਲਗਾਤਾਰ ਪਾਰਟੀ ਦੇ ਪ੍ਰੋਗਰਾਮ 'ਚ ਸ਼ਾਮਲ ਹੋ ਰਹੇ ਨੇ। ਜ਼ਿਕਰਯੋਗ ਹੈ ਕਿ ਕੁਝ ਦਿਨ ਮੀਡੀਆ ਅਦਾਰਿਆਂ 'ਚ ਸੁਨੀਲ ਜਾਖੜ ਦੇ ਅਸਤੀਫੇ ਦੇਣ ਦੀ ਖਬਰ ਹੈ, ਜਿਸ ਦਾ ਹੁਣ ਭਾਜਪਾ ਦੇ ਵੱਲੋਂ ਖੰਡਨ ਕੀਤਾ ਗਿਆ ਹੈ ਤੇ ਭਾਜਪਾ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਨਾਲ ਜੁੜੀ ਵੱਡੀ ਖਬਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਬੀਜੇਪੀ ਨੇ ਅਸਤੀਫੇ ਦੀ ਖਬਰ ਦਾ ਖੰਡਨ ਕੀਤਾ ਹੈ। ਹਾਲਾਂਕਿ ਚਰਚਾਵਾਂ ਆ ਵੀ ਆ ਰਹੀਆਂ ਸਨ ਕਿ ਬੀਜੇਪੀ ਦੀ ਪ੍ਰਧਾਨਗੀ ਤੋਂ, ਪੰਜਾਬ ਬੀਜੇਪੀ ਦੀ ਪ੍ਰਧਾਨਗੀ ਤੋਂ ਸੁਨੀਲ ਜਾਖੜ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਜ਼ਿਕਰ ਜੋ ਹੈ ਕਿ 2 ਸਾਲ ਪਹਿਲਾਂ ਹੀ ਬੀਜੇਪੀ ਦੇ ਵੱਲੋਂ ਇੱਕ ਵੱਡੀ ਜ਼ਿੰਮੇਵਾਰੀ ਦੇ ਨਾਲ ਨਵਾਜ਼ਿਆ ਗਿਆ ਸੀ ਸੁਨੀਲ ਜਾਖੜ ਦਾ। ਹਾਲਾਂਕਿ ਲੰਬਾ ਸਮਾਂ ਕਾਂਗਰਸ ਪਾਰਟੀ 'ਚ ਰਹੇ ਨੇ ਸੁਨੀਲ ਜਾਖੜ, 3 ਵਾਰ ਦੇ ਵਿਧਾਇਕ ਰਹਿ ਚੁੱਕੇ ਨੇ ਅਬੋਹਰ ਤੋਂ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ। ਇਸ ਤੋਂ ਬਾਅਦ ਇੱਕ ਵੱਡੇ ਅਹੁਦਿਆਂ 'ਤੇ ਰਹੇ ਨੇ ਸੁਨੀਲ ਜਾਖੜ। ਪਾਰਟੀ ਦੀ ਨਾਰਾਜ਼ਗੀ ਤੋਂ ਬਾਅਦ, ਕਾਂਗਰਸ ਦੀ ਨਾਰਾਜ਼ਗੀ ਤੋਂ ਬਾਅਦ ਸੁਨੀਲ ਜਾਖੜ ਨੇ ਬੀਜੇਪੀ ਦਾ ਪੱਲਾ ਫੜਿਆ ਸੀ। ਹਾਲਾਂਕਿ ਬੀਜੇਪੀ ਦਾ ਜਦੋਂ ਪੱਲਾ ਫੜਿਆ ਤੇ ਬੀਜੇਪੀ ਨੇ ਇੱਕ ਵੱਡੇ ਅਹੁਦੇ ਨਾਲ ਸੁਨੀਲ ਜਾਖੜ ਨੂੰ ਨਵਾਜ਼ਿਆ ਸੀ। ਪੰਜਾਬ ਬੀਜੇਪੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਹਾਲ ਹੀ 'ਚ ਅਸੀਂ ਸੁਨੀਲ ਜਾਖੜ ਨੂੰ ਦੇਖਿਆ ਸੀ ਕਿ ਕਾਫੀ ਸਰਗਰਮ ਸੀ 2024 ਲੋਕ ਸਭਾ ਇਲੈਕਸ਼ਨ, ਜਦੋਂ ਕਿ ਜ਼ੋਰਾਂ ਸ਼ੋਰਾਂ ਦੇ ਨਾਲ ਬੀਜੇਪੀ ਕੈਂਡੀਡੇਟਸ ਦੇ ਹੱਕ 'ਚ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਜੋ ਹੈ ਉਹ ਕੀਤਾ ਜਾ ਰਿਹਾ ਸੀ। ਇਸ ਦੇ ਵਿਚਾਲੇ ਮੇਰੇ ਨਾਲ ਮੇਰੇ ਸਹਿਯੋਗੀ ਪੰਕਜ ਕਪਾਹੀ ਲਾਈਵ ਜੁੜੇ ਹੋਏ ਨੇ। ਪੰਕਜ, ਜਾਣਨਾ ਚਾਹਾਂਗੇ, ਹਾਲਾਂਕਿ ਬੀਜੇਪੀ ਦੇ ਵੱਲੋਂ ਇਹਨਾਂ ਤਮਾਮ ਚਰਚਾਵਾਂ ਦਾ ਖੰਡਨ ਕੀਤਾ ਗਿਆ, ਪਰ ਰਿਊਮਰਸ ਤਾਂ ਹੀ ਉੱਠਦੀਆਂ ਨੇ ਜੇ ਕੋਈ ਵਜ੍ਹਾ ਹੋਏ। ਦੇਖੋ, ਨਿਊਜ਼ 18 ਨੇ ਸਵੇਰੇ ਹੀ ਸਭ ਤੋਂ ਪਹਿਲਾਂ ਇਸ ਬਾਬਤ ਜਾਣਕਾਰੀ ਦੇ ਦਿੱਤੀ ਸੀ ਕਿ ਸੁਨੀਲ ਜਾਖੜ ਦਾ ਨਾ ਤਾਂ ਅਸਤੀਫਾ ਹੋਇਆ ਔਰ ਨਾ ਹੀ ਉਹਨਾਂ ਨੇ ਅਸਤੀਫਾ ਜਿਹੜਾ ਵੈ ਉਹ ਦਿੱਤਾ ਵੈ। ਤਾਂ ਅਜਿਹੇ 'ਚ ਬੀਜੇਪੀ ਵੀ ਹੁਣ ਇਸ ਗੱਲ ਦਾ ਖੰਡਨ ਕਰ ਰਹੀ ਹੈ, ਕਿਉਂਕਿ ਕਈ ਥਾਵਾਂ 'ਤੇ ਬਿਨਾਂ ਖਬਰ ਵੈਰੀਫਾਈ ਕਈ ਚੈਨਲ ਜਿਹੜੇ ਨੇ ਇਸ ਤਰੀਕੇ ਦੀ ਖਬਰ ਚਲਾ ਦਿੰਦੇ ਨੇ, ਲੇਕਿਨ ਨਿਊਜ਼ 18 ਇਸ ਖਬਰ ਦੀ ਤਹਿ ਤੱਕ ਗਈ। ਸੁਨੀਲ ਜਾਖੜ ਹੋਰਾਂ ਨਾਲ ਸੰਪਰਕ ਸਾਧਿਆ, ਉਹਨਾਂ ਦੀ ਟੀਮ ਨਾਲ ਸੰਪਰਕ ਸਾਧਿਆ, ਬੀਜੇਪੀ ਹਾਈਕਮਾਨ ਨਾਲ ਸੰਪਰਕ ਸਾਧਿਆ, ਤਾਂ ਇਸ ਗੱਲ ਦੀ ਤਸਦੀਕ ਹੋਈ ਕਿ ਸੁਨੀਲ ਜਾਖੜ ਦੇ ਅਸਤੀਫੇ ਦੀ ਕੋਈ ਫਿਲਹਾਲ ਜਿਹੜੀ ਹੈ ਉਹ ਖਬਰ ਨਹੀਂ ਹੈ। ਲੇਕਿਨ ਸੁਨੀਲ ਜਾਖੜ ਨੇ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀਗੀ, ਜਦੋਂ 13 ਦੀਆਂ 13 ਸੀਟਾਂ ਬੀਜੇਪੀ ਹਾਰ ਗਈ ਸੀ। ਲੇਕਿਨ ਉਸ ਵੇਲੇ ਬੀਜੇਪੀ ਹਾਈਕਮਾਂਡ ਨੇ ਕਿਹਾ ਸੀਗਾ ਕਿ ਤੁਸੀਂ ਆਪਣੀ ਕੰਮ ਜਿਹੜਾ ਵਾ ਜਾਰੀ ਰੱਖੋ, ਤੁਹਾਡੀ ਇਸ ਦੇ ਵਿੱਚ ਕੋਈ ਗਲਤੀ ਨਹੀਂ ਹੈ। ਔਰ ਬੀਜੇਪੀ ਵੋਟ ਪਰਸੈਂਟੇਜ ਦੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਉੱਪਰ ਆਈ ਹੈ। ਹਾਲਾਂਕਿ ਸੀਟ ਭਾਵੇਂ ਕੋਈ ਨਹੀਂ ਜਿੱਤ ਕੇ ਆਈ, ਲੇਕਿਨ ਸੁਨੀਲ ਜਾਖੜ ਨੂੰ ਪ੍ਰਧਾਨਗੀ ਅਹੁਦੇ ਨੂੰ ਲੈ ਕੇ ਬੀਜੇਪੀ ਹਾਈਕਮਾਂਡ ਨੇ ਕੰਟੀਨਿਊ ਕਰਨ ਨੂੰ ਕਿਹਾ ਸੀਗਾ। ਹੁਣ ਇਹ ਖਬਰ ਉੱਠਦੀ ਕਿੱਥੋਂ ਹੈ ਔਰ ਇਸ ਖਬਰ ਦੀ ਵਜ੍ਹਾ ਕੀ ਬਣਦੀ ਹੈ? ਕੱਲ ਬੀਜੇਪੀ ਦੀ ਇੱਕ ਮੈਂਬਰਸ਼ਿਪ ਡਰਾਈਵ ਨੂੰ ਲੈ ਕੇ ਸੰਗਠਨ ਦੀ ਬੈਠਕ ਸੀਗੀ, ਉਹ ਬੈਠਕ ਸੰਗਠਨ ਵੱਲੋਂ ਸੱਦੀ ਗਈ ਸੀਗੀ ਔਰ ਉਸ ਬੈਠਕ ਦੇ ਵਿੱਚ ਸੁਨੀਲ ਜਾਖੜ ਹੋਰਾਂ ਨੇ ਵੀ ਆਉਣਾ ਸੀਗਾ, ਲੇਕਿਨ ਸੁਨੀਲ ਜਾਖੜ ਉਸ ਬੈਠਕ ਦੇ ਵਿੱਚ ਨਹੀਂ ਆਏ। ਸੁਨੀਲ ਜਾਖੜ ਨੂੰ ਉਸ ਬੈਠਕ ਦੇ ਵਿੱਚ ਕਿਸੇ ਲੀਡਰ ਨੇ ਫੋਨ ਕੀਤਾ, ਉਹਨਾਂ ਨੇ ਕਿਹਾ ਕਿ ਮੈਂ ਕਿਸੇ ਕਾਰਨਵਸ਼ ਨਹੀਂ ਆ ਸਕਦਾ। ਔਰ ਉਸ ਤੋਂ ਪਹਿਲਾਂ ਪਿਛਲੇ ਅਗਰ 3-4 ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਸੁਨੀਲ ਜਾਖੜ ਆਪਣੇ ਨਿੱਜੀ ਕਾਰਨਾਂ ਦੀ ਵਜ੍ਹਾ ਕਰਕੇ, ਪਰਿਵਾਰਕ ਕਾਰਨਾਂ ਦੀ ਵਜ੍ਹਾ ਕਰਕੇ ਸਿਆਸੀ ਤੌਰ ਤੇ ਜ਼ਿਆਦਾ ਐਕਟਿਵ ਨਜ਼ਰ ਨਹੀਂ ਆਏ, ਜ਼ਿਆਦਾ ਮੀਟਿੰਗਾਂ 'ਚ ਨਜ਼ਰ ਨਹੀਂ ਆਏ। ਔਰ ਇਸ ਗੱਲ ਨੂੰ ਲੈ ਕੇ ਕਿਆਸਰਾਈਆਂ ਉੱਠਣੀਆਂ ਸ਼ੁਰੂ ਹੋ ਗਈਆਂ ਕਿ ਸੁਨੀਲ ਜਾਖੜ ਬੀਜੇਪੀ ਤੋਂ ਨਾਰਾਜ਼ ਨੇ, ਉਹਨਾਂ ਦੀ ਫੰਕਸ਼ਨਿੰਗ ਤੋਂ ਨਾਰਾਜ਼ ਨੇ, ਕੀ ਸੁਨੀਲ ਜਾਖੜ ਅਸਤੀਫਾ ਦੇਣਾ ਚਾਹੁੰਦੇ ਨੇ, ਕੀ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਵੈ। ਲੇਕਿਨ ਇਹਨਾਂ ਸਾਰੀਆਂ ਖਬਰਾਂ ਦਾ ਖੰਡਨ ਹੋਇਆ, ਸੁਨੀਲ ਜਾਖੜ ਫਿਲਹਾਲ ਪ੍ਰਧਾਨਗੀ ਦੇ ਤੌਰ ਤੇ ਬਣੇ ਰਹਿਣਗੇ, ਕਿਉਂਕਿ
ਹਰਿਆਣੇ ਦੀਆਂ ਚੋਣਾਂ ਸਿਰ ਦੇ ਉੱਤੇ ਪਈਆਂ ਨੇ, ਅੱਗੋਂ ਪੰਚਾਇਤੀ ਚੋਣਾਂ ਆ ਰਹੀਆਂ ਔਰ ਉਸ ਤੋਂ ਬਾਅਦ ਜ਼ਿਮਨੀ ਚੋਣਾਂ ਵੀ ਆਉਣੀਆਂ ਨੇ, ਤਾਂ ਬੀਜੇਪੀ ਹਾਈਕਮਾਨ ਕਿਸੇ ਵੀ ਤਰੀਕੇ ਨਾਲ ਇਹ ਨਹੀਂ ਚਾਹੁੰਦੀ ਕਿ ਇਸ ਵੇਲੇ ਕੋਈ ਪ੍ਰਧਾਨ ਬਦਲਿਆ ਜਾਵੇ ਜਾਂ ਇਸ ਵੇਲੇ ਕੋਈ ਨਵਾਂ ਧੜਾ ਜਿਹੜਾ ਉਹ ਖੜਾ ਹੋਵੇ। ਹਾਲਾਂਕਿ ਬੀਜੇਪੀ ਦੇ ਅੰਦਰ ਕੁਛ ਲੀਡਰ ਅਜਿਹੇ ਜ਼ਰੂਰ ਨੇ ਜੋ ਚਾਹੁੰਦੇ ਨੇ ਕਿ ਸੁਨੀਲ ਜਾਖੜ ਨੂੰ ਬਦਲਿਆ ਜਾਵੇ, ਜੋ ਚਾਹੁੰਦੇ ਨੇ ਕਿ ਅਸੀਂ ਪੁਰਾਣੇ ਲੀਡਰ ਹਾਂ, ਸਾਨੂੰ ਪਾਰਟੀ ਨੇ ਪ੍ਰਧਾਨ ਲਗਾਇਆ ਨਹੀਂ ਔਰ ਕਾਂਗਰਸ ਤੋਂ ਆ ਕੇ ਬੀਜੇਪੀ ਸੁਨੀਲ ਜਾਖੜ ਆਉਂਦੇ ਨੇ ਉਹਨਾਂ ਨੂੰ ਪ੍ਰਧਾਨ ਲਗਾ ਦਿੱਤਾ ਜਾਂਦਾ ਹੈ। ਇਸ ਗੱਲ ਨੂੰ ਲੈ ਕੇ ਪਾਰਟੀ ਦੇ ਵਿੱਚ ਬੀਜੇਪੀ ਦੇ ਪੰਜਾਬ ਦੇ ਵਿੱਚ ਇੱਕ ਧੜਾ ਅਮੂਮਨ ਸੁਨੀਲ ਜਾਖੜ ਦੇ ਅੰਦਰ ਖਾਤੇ ਪਾਰਟੀ ਹਾਈਕਮਾਨ ਖਿਲਾਫ਼ ਖਿਲਾਫ਼ਤ ਕਰਦਾ ਰਿਹਾ, ਉਹਨਾਂ ਦੀਆਂ ਸ਼ਿਕਾਇਤਾਂ ਕਰਦਾ ਰਿਹਾ, ਲੇਕਿਨ ਇਸ ਵੇਲੇ ਕਿਉਂਕਿ ਅਜੇ ਪ੍ਰਧਾਨਗੀ ਦੀਆਂ ਚੋਣਾਂ ਦਸੰਬਰ ਤੱਕ ਡਿਊ ਪਈਆਂ ਨੇ ਤਾਂ ਅਜੇ ਕਿਸੇ ਵੀ ਤਰੀਕੇ ਦੇ ਨਾਲ ਪ੍ਰਧਾਨ ਬਦਲਣ ਦੀ ਕੋਈ ਖ਼ਬਰ ਨਹੀਂ ਹੈ। ਸੁਨੀਲ ਜਾਖੜ ਹੀ ਪ੍ਰਧਾਨ ਰਹਿਣਗੇ। ਸੁਨੀਲ ਜਾਖੜ ਜਿਹੜੇ ਨੇ ਉਹ ਲੋਕ ਸਭਾ ਦੇ ਦੌਰਾਨ ਜ਼ਰੂਰ ਪ੍ਰਧਾਨਗੀ ਦੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀਗੀ, ਲੇਕਿਨ ਉਸ ਵੇਲੇ ਪਾਰਟੀ ਨੇ ਕਿਹਾ ਸੀਗਾ ਕਿ ਤੁਸੀਂ ਪ੍ਰਧਾਨ ਦੇ ਤੌਰ ਤੇ ਬਣੇ ਰਹੋ। ਜੀ ਪੰਕਜ, ਤੁਸੀਂ ਸਾਡੇ ਨਾਲ ਜੁੜੇ ਰਹੋ, ਅਸੀਂ ਆਪਣੇ ਦਰਸ਼ਕਾਂ ਨੂੰ ਸੁਣਾਉਣੇ ਕਿ ਬੀਜੇਪੀ ਆਗੂਆਂ ਦਾ ਕੀ ਕੁਝ ਪ੍ਰਤੀਕਰਮ ਸਾਹਮਣੇ ਹੈ ਸਟੇਟਮੈਂਟ ਨੂੰ ਲੈ ਕੇ। ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਜਿਹੜੀ ਖਬਰ ਚੱਲ ਰਹੀ ਹੈ ਟੋਟਲੀ ਝੂਠ ਦੇ ਬੁਨਿਆਦ ਤੇ ਹੈ, ਬੇਸਲੈਸ ਹੈਗੀ ਹੈ ਔਰ ਕੁਛ ਸ਼ਰਾਰਤੀ ਅੰਸਰਾਂ ਵੱਲੋਂ ਚਲਾਈ ਗਈ ਖਬਰ ਹੈ ਕਹਿ ਸਕਦੇ ਹਾਂ ਆਪਾਂ। ਭਾਰਤੀ ਜਨਤਾ ਪਾਰਟੀ ਦੇ ਅਧਿਅਕਸ਼ ਦੇ ਰੂਪ ਦੇ ਵਿੱਚ ਸੁਨੀਲ ਜੀ ਪੰਜਾਬ ਦੀ ਅਗਵਾਈ ਕਰ ਰਹੇ ਨੇ ਔਰ ਇਹ ਜਿਹੜੀ ਖਬਰਾਂ ਜਿਹੜੀਆਂ ਲੱਗੀਆਂ ਨੇ ਇਹ ਟੋਟਲੀ ਬੇਸਲੈਸ ਨੇ। ਔਰ ਜਿੱਥੇ ਤੱਕ ਤੁਸੀਂ ਬੈਠਕਾਂ ਦੀ ਗੱਲ ਕਰਦੇ ਹੋ, ਸਾਡੇ ਸੰਗਠਨ ਦਾ ਇੱਕ ਸਿਸਟਮ ਹੈਗਾ, ਅਲੱਗ ਅਲੱਗ ਬੈਠਕਾਂ ਅਲੱਗ ਅਲੱਗ ਸਤਰ ਤੇ ਚੱਲਦੀਆਂ ਰਹਿੰਦੀਆਂ ਨੇ। ਜਿਹੜੀ ਕੱਲ ਦੀ ਬੈਠਕ ਦੀ ਤੁਸੀਂ ਗੱਲ ਕੀਤੀ ਹੈ, ਕੱਲ ਜਿਹੜੀ ਹੈਗੀ ਸਾਡੀ ਮੈਂਬਰਸ਼ਿਪ ਡਰਾਈਵ ਨੂੰ ਲੈ ਕੇ ਜਿਹੜੇ ਮੈਂਬਰਸ਼ਿਪ ਦੇ ਇੰਚਾਰਜ ਸਨ ਉਹਨਾਂ ਦੀ ਬੈਠਕ ਬੁਲਾਈ ਗਈ ਸੀਗੀ। ਔਰ ਹਰ ਇੱਕ ਬੈਠਕ ਦੇ ਵਿੱਚ ਪ੍ਰਦੇਸ਼ ਅਧਿਅਕਸ਼ ਦਾ ਹੋਣਾ ਲਾਜ਼ਮੀ ਨਹੀਂ ਹੁੰਦਾ ਕਿਉਂਕਿ ਸਾਡੇ ਅਲੱਗ ਅਲੱਗ ਬੈਠਕਾਂ ਚੱਲਦੀਆਂ ਰਹਿੰਦੀਆਂ ਨੇ। ਸੋ ਇਸ ਕਰਕੇ ਇਹ ਜਿਹੜੇ ਖ਼ਬਰ ਹੈ ਉਹਨਾਂ ਦੇ ਅਸਤੀਫੇ ਦੀ ਹੈ, ਇਹ ਟੋਟਲੀ ਬੇਬੁਨਿਆਦ ਹੈ। ਪਰ ਸੁਨੀਲ ਸਾਹਿਬ ਦੇਖੋ, ਨਾਰਾਜ਼ਗੀ ਦੀਆਂ ਖਬਰਾਂ ਜ਼ਰੂਰ ਨੇ ਔਰ ਇੱਥੋਂ ਤੱਕ ਖਬਰ ਲੱਗੀ ਕਿ ਸੁਨੀਲ ਜਾਖੜ ਰਿਜ਼ਾਈਨ ਕਰ ਚੁੱਕੇ ਨੇ, ਤਾਂ ਅਜਿਹੇ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਹ ਇਸ ਸਮੇਂ ਲੋੜ ਹੈ ਕਿ ਸੁਨੀਲ ਜਾਖੜ ਖੁਦ ਆ ਕੇ ਮੀਡੀਆ ਦੇ ਸਾਹਮਣੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਇਹ ਕਲੈਰੀਫਾਈ ਕਰ ਦੇਣ ਕਿ ਅਜਿਹਾ ਕੁਝ ਨਹੀਂ ਹੈ? ਮੈਂ ਪਾਰਟੀ ਦੇ ਮਹਾਂ ਮੰਤਰੀ ਹੋਣ ਦੇ ਨਾਤੇ ਤੁਹਾਨੂੰ ਕਲੈਰੀਫਾਈ ਕਰ ਰਿਹਾ ਕਿ ਇਸ ਤਰ੍ਹਾਂ ਦੀ ਕੋਈ ਇਸ਼ੂ ਨਹੀਂ ਹੈਗਾ। ਨਾਰਾਜ਼ ਨਹੀਂ ਹੈਗੇ ਕਿਸੇ ਵੀ ਗੱਲ ਤੇ ਜੀ। ਔਰ ਜਾਖੜ ਸਾਹਿਬ 2-3 ਦਿਨ ਪਹਿਲਾਂ ਮੈਨੂੰ ਮਿਲੇ ਸੀ, ਉਹਨਾਂ ਨੇ ਕੋਈ ਐਸੀ ਗੱਲ ਨਹੀਂ ਕੀਤੀ, ਉਹ ਤਾਂ ਪਾਰਟੀ ਦੀ ਅੱਗੇ ਵਧਾਉਣ ਦੀ ਗੱਲ ਕਰ ਰਹੇ ਸੀ। ਔਰ ਇਹ ਅਫਵਾਹ ਸਾਰੀ ਔਰ ਇਹਦੇ 'ਚ ਕੋਈ ਸੱਚਾਈ ਨਹੀਂ, ਇਹ ਕਿਸੇ ਨੇ ਜਾਣ ਬੁੱਝ ਕੇ ਫੈਲਾਤੀ ਜੋ ਮੈਂ ਸਮਝਦਾ। ਔਰ ਜਾਖੜ ਸਾਹਿਬ ਦਾ ਨੁਕਸਾਨ ਕਰਨ ਲਈ ਉਹ ਬੜਾ ਚਿਹਰਾ ਨੇ ਪੰਜਾਬ ਦੀ ਰਾਜਨੀਤੀ ਦਾ, ਐਸੀ ਗੱਲ ਨਹੀਂ ਹੈ। ਔਰ ਉਹ ਮੈਂ ਤਾਂ ਉਹਨਾਂ ਦਾ ਬੜਾ ਹੀ ਰਿਸਪੈਕਟ ਕਰਦਾ ਔਰ ਮੇਰੀ ਤਾਂ ਦਿਲੀ ਇੱਛਾ ਕਿ ਉਹੀ ਪ੍ਰਧਾਨ ਅੱਗੇ ਰਹਿਣ ਔਰ ਹੋਰ ਕਿਸੇ ਦੀ ਵੀ ਇੱਛਾ ਨਹੀਂ ਹੈ ਕਿ ਵੀ ਉਹਨਾਂ ਨੂੰ ਹਟਾਇਆ ਜਾਵੇ, ਉਹਨਾਂ 'ਚ ਯੋਗਤਾ ਹੈ ਪਾਰਟੀ ਨੂੰ ਅੱਗੇ ਲੈ ਕੇ ਜਾਣ ਲਈ। ਤਾਂ ਇਸ ਕਰਕੇ ਐਸਾ ਅਜੇ ਤੱਕ ਨਾ ਤਾਂ ਹਾਈਕਮਾਂਡ ਦਾ ਵਿਚਾਰ ਆ ਅਤੇ ਨਾ ਹੀ ਕੋਈ ਪੰਜਾਬ ਦੇ ਅੰਦਰ ਕੋਈ ਐਸੀ ਗੱਲ ਆ। ਮੈਂ ਸਮਝਦਾ ਇਹ ਬੜੀ ਮੰਦਭਾਗੀ ਗੱਲ ਆ ਜੋ ਇਹ ਖਬਰਾਂ ਚੱਲ ਰਹੀਆਂ ਨੇ ਅਤੇ ਨਹੀਂ ਚੱਲਣੀਆਂ ਚਾਹੀਦੀਆਂ। ਜਾਖੜ ਸਾਹਿਬ ਹੀ ਪ੍ਰਧਾਨ ਰਹਿਣਗੇ, ਐਸੀ ਕੋਈ ਗੱਲ ਨਹੀਂ। ਦਰਅਸਲ ਗਰੇਵਾਲ ਸਾਹਿਬ ਕੱਲ੍ਹ ਮੀਟਿੰਗ ਸੀ ਇੱਕ, ਉਸਦੇ ਵਿੱਚ ਜੋ ਜਾਣਕਾਰੀ ਸਾਡੇ ਕੋਲ ਆਈ ਹੈ ਕਿ ਇੱਕ ਲੀਡਰ ਨੇ ਬੀਜੇਪੀ ਦੇ, ਉਹਨਾਂ ਨੇ ਕਿਤੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਫੋਨ ਕੀਤਾ ਜਾਖੜ ਸਾਹਿਬ ਨੂੰ, ਉਹਨਾਂ ਕਿਹਾ ਕਿ ਮੈਂ ਨਿੱਜੀ ਤੌਰ 'ਤੇ ਫਿਲਹਾਲ ਨਹੀਂ ਪਹੁੰਚ ਸਕਦਾ, ਕੋਈ ਸਮੱਸਿਆ ਹੈ, ਕੋਈ ਕਾਰਨ ਹੈ। ਤਾਂ 1 ਮਹੀਨਾ ਵਿਦੇਸ਼ ਰਹਿ ਕੇ ਆਏ, ਉਸ ਤੋਂ ਬਾਅਦ ਅਹਿਮ ਮੀਟਿੰਗ ਹੁੰਦੀ ਹੈ, ਉਸ 'ਚ ਨਹੀਂ ਆਉਂਦੇ ਪ੍ਰਧਾਨ ਸਾਹਿਬ, ਬਾਕਾਇਦਾ ਉਹਨਾਂ ਨੂੰ ਫੋਨ ਹੁੰਦਾ ਤਾਂ ਫਿਰ ਉਹ ਇੱਕ ਦੱਸ ਦਿੰਦੇ ਨੇ ਕਿ ਮੈਂ ਨਹੀਂ ਆ ਸਕਦਾ।
ਤਾਂ ਇਸ ਕਰਕੇ ਉਸ ਤੋਂ ਬਾਅਦ ਇਹ ਚਰਚਾ ਉੱਠੀ ਹੈ। ਔਰ ਇਹ ਵੀ ਚਰਚਾਵਾਂ ਨੇ ਕਿ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਜ਼ਿਮਨੀ ਚੋਣ ਦੇ ਵਿੱਚ ਜਾਂ ਫਿਰ ਜੋ ਗ੍ਰਾਫ ਲੋਕ ਸਭਾ ਚੋਣਾਂ 'ਚ ਬੀਜੇਪੀ ਦਾ ਪੰਜਾਬ 'ਚ ਨਜ਼ਰ ਆਇਆ, ਉਸ ਤੋਂ ਬਾਅਦ ਇਹ ਨਾਰਾਜ਼ਗੀ ਕਿਤੇ ਨਾ ਕਿਤੇ ਹੈ ਜਾਂ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਪ੍ਰਧਾਨ ਉਹ ਨਹੀਂ ਰਹਿ ਸਕਦੇ। ਨਹੀਂ ਦੇਖੋ, ਇਸ ਤਰ੍ਹਾਂ ਦੀ ਗੱਲ ਆ, ਮੈਂ ਤੁਹਾਨੂੰ ਸਪਸ਼ਟ ਦੱਸ ਦਿੰਦਾ, ਵਿਦੇਸ਼ ਰਹਿ ਕੇ ਆਉਣਾ ਤਾਂ ਉਹਨਾਂ ਦੇ ਘਰ ਦੀਆਂ ਹੈਲਥ ਪ੍ਰੋਬਲਮ ਦੀ ਗੱਲ ਸੀਗੀ, ਉਹ ਮੈਂ ਜ਼ਿਆਦਾ ਡਿਸਕਸ ਨਹੀਂ ਕਰਨਾ ਚਾਹੁੰਦਾ। ਪਰ ਉਹ ਕੋਈ ਪਾਰਟੀ ਦੀ ਨਾਰਾਜ਼ਗੀ ਨਹੀਂ ਸੀ, ਕੋਈ ਹੋਰ ਗੱਲ ਨਹੀਂ ਸੀ, ਉਹ ਤਾਂ ਉਹਨਾਂ ਦਾ ਆਪਣਾ ਘਰ ਦਾ ਕੰਮ ਸੀਗਾ ਤੇ ਉਹਦੇ 'ਚ ਹਰ ਵਿਅਕਤੀ ਨੂੰ ਹੁੰਦਾ, ਪਰਿਵਾਰ ਵੀ ਹਰ ਵਿਅਕਤੀ ਨੇ ਦੇਖਣਾ ਹੁੰਦਾ, ਚਾਹੇ ਉਹ ਪ੍ਰਧਾਨ ਹੋਵੇ ਚਾਹੇ ਉਹ ਕੋਈ ਮਿਨਿਸਟਰ ਹੋਵੇ। ਠੀਕ ਹੈ, ਉਹ ਉਹਨਾਂ ਉਹ ਪਾਰਟੀ ਦੇ ਕੋਈ ਰੀਜ਼ਨ ਨਹੀਂ ਸੀ ਉਹਦੇ 'ਚ, ਕਈ ਚੀਜ਼ਾਂ ਅਨਅਵੋਇਡ ਹੁੰਦੀਆਂ ਨੇ, ਕਰ ਨਹੀਂ ਸਕਦੇ ਤੁਸੀਂ ਅਵੋਇਡ। ਉਹ ਇਸ ਕਰਕੇ ਜਾਖੜ ਸਾਹਿਬ ਨੇ ਜਿਹੜਾ ਪਾਰਟੀ ਦੇ ਕੰਮ ਲਈ ਉਹ ਹੈਗੇ ਆ ਇੱਥੇ, ਪਰ ਕਈ ਵਾਰ ਮੀਟਿੰਗ 'ਚ ਨਹੀਂ ਆ ਪਾਉਂਦੇ, ਉਹਨਾਂ ਨੂੰ ਦਿੱਲੀ ਵੀ ਹੁੰਦੇ ਆ, ਉਹ ਬਹੁਤ ਜ਼ਿਆਦਾ ਇੱਥੇ ਵੀ ਹੁੰਦੇ ਆ, ਉਸ ਤੋਂ ਬਾਅਦ ਅਬੋਹਰ ਵੀ ਜਾਣਾ ਹੁੰਦਾ ਉਹਨਾਂ ਦਾ, ਉਹਨਾਂ ਦੀ ਜ਼ਮੀਨ ਜਾਇਦਾਦ ਉੱਥੇ, ਸਾਰਾ ਘਰ ਪਰਿਵਾਰ ਵੀ ਉੱਥੇ ਹੀ ਆ। ਠੀਕ ਹੈ, ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ, ਜਾਖੜ ਦੇ ਅਸਤੀਫੇ ਦੀਆਂ ਖਬਰਾਂ ਤੇ ਰਾਜਾ ਵੜਿੰਗ ਦੇ ਵੱਲੋਂ ਤੰਜ ਕੱਸਿਆ ਗਿਆ ਹੈ। ਰਾਜਾ ਵੜਿੰਗ ਨੇ ਕਿਹਾ ਹੈ ਕਿ ਆਲ ਦਾ ਬੈਸਟ ਵੇਅਰ ਨੈਕਸਟ, ਤੇ ਆ ਤੰਜ ਕਿਤਨਾ ਕਿਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਕੱਸਿਆ ਗਿਆ ਹੈ। ਹਾਲਾਂਕਿ ਖਬਰਾਂ ਆ ਰਹੀਆਂ ਸੀ ਕਿ ਸੁਨੀਲ ਜਾਖੜ ਦੇ ਵੱਲੋਂ ਜੋ ਹੈ ਅਸਤੀਫਾ ਦੇ ਦਿੱਤਾ ਗਿਆ। ਹਾਲਾਂਕਿ ਤਮਾਮ ਬੀਜੇਪੀ ਲੀਡਰਸ ਦਾ ਤੁਸੀਂ ਪ੍ਰਤੀਕਰਮ ਸੁਣਿਆ, ਰਿਐਕਸ਼ਨ ਸੁਣਿਆ, ਉਹਨਾਂ ਦਾ ਕਹਿਣਾ ਹੈ ਕਿ ਆ ਜੋ ਤਮਾਮ ਖਬਰਾਂ ਨੇ ਇਹਨਾਂ ਦਾ ਅਸੀਂ ਖੰਡਨ ਕਰਨਾ ਹੈ, ਇਹਨਾਂ ਤਮਾਮ ਖਬਰਾਂ ਨੂੰ ਡਿਨਾਈ ਅਸੀਂ ਕਰਨੇ, ਇਹੋ ਜਿਹੀ ਕੋਈ ਵੀ ਗੱਲ ਨਹੀਂ ਹੈ। ਸੁਨੀਲ ਜਾਖੜ ਹੀ ਪੰਜਾਬ ਬੀਜੇਪੀ ਦੇ ਪ੍ਰਧਾਨ ਜੋ ਨੇ ਉਹ ਬਣੇ ਰਹਿਣਗੇ। ਤੇ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਤੇ ਰਾਜਾ ਵੜਿੰਗ ਦੇ ਵੱਲੋਂ ਟਵੀਟ ਕੀਤਾ ਗਿਆ ਐਕਸ ਤੇ, ਉਹਨਾਂ ਨੇ ਲਿਖਿਆ ਕਿ ਆਲ ਦਾ ਬੈਸਟ ਵੇਅਰ ਨੈਕਸਟ ਰਾਜਾ ਵੜਿੰਗ ਦੇ ਵੱਲੋਂ ਐਕਸ ਤੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿਤਨਾ ਕਿਤੇ ਤੰਜ ਜੋ ਹੈ ਉਹ ਕੱਸਿਆ ਗਿਆ। ਤੇ ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਪੰਜਾਬ ਕਾਂਗਰਸ ਦਾ ਇੱਕ ਵੱਡਾ ਨਾਮ ਰਹਿ ਚੁੱਕੇ ਨੇ, ਵੱਡਾ ਚਿਹਰਾ ਜੋ ਨੇ ਉਹ ਰਹਿ ਚੁੱਕੇ ਨੇ। ਕਾਂਗਰਸ ਦੀ ਹੀ ਟਿਕਟ ਤੇ ਉਮੀਦਵਾਰ 3 ਵਾਰ MLA ਬਣ ਚੁੱਕੇ ਨੇ। MP ਵੀ ਬਾਏ ਇਲੈਕਸ਼ਨ, ਜਦੋਂ 2017 MP ਬਾਏ ਇਲੈਕਸ਼ਨ ਉਹਨਾਂ ਦੇ ਵੱਲ ਗੁਰਦਾਸਪੁਰ ਸੀਟ ਤੋਂ ਜਿੱਤੀ ਗਈ ਸੀ, ਤੇ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ। ਹਾਲਾਂਕਿ ਜਦੋਂ 2021 'ਚ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰਿਆ ਗਿਆ ਸੀ CM ਦੀ ਕੁਰਸੀ ਤੋਂ ਬਾਅਦ, ਉਦੋਂ ਆ ਪੂਰਾ ਵਿਵਾਦ ਜੋ ਹੈ ਉਹ ਪੱਖਿਆ ਸੀ। ਕਿਤਨਾ ਕਿਤੇ ਸੁਨੀਲ ਜਾਖੜ ਦਾ ਜੋ ਨਾਮ ਸੀ ਉਹ ਅੱਗੇ ਚਰਚਾਵਾਂ 'ਚ ਚੱਲ ਰਹੇ ਸੀ ਕਿ ਸੁਨੀਲ ਜਾਖੜ ਨੈਕਸਟ ਜੋ ਨੇ ਉਹ ਪੰਜਾਬ ਦੇ CM ਹੋ ਸਕਦੇ ਨੇ। ਹਾਲਾਂਕਿ ਉਸ ਤੋਂ ਬਾਅਦ ਸਾਬਕਾ CM ਚੰਡੀ ਨੂੰ ਜੋ ਹੈ ਉਹ CM ਬਣਾ ਦਿੱਤਾ ਗਿਆ ਸੀ। ਮੇਰੇ ਨਾਲ ਮੇਰੇ ਸਹਿਯੋਗੀ ਪੰਕਜ ਕਪਾਹੀ ਲਾਈਵ ਜੁੜੇ ਹੋਏ ਨੇ। ਪੰਕਜ, ਇਹਨਾਂ ਤਮਾਮ ਖਬਰਾਂ ਦੇ ਵਿਚਾਲੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਤੰਜ ਕੱਸ ਦਿੱਤਾ ਗਿਆ ਰੈਜ਼ਿਗਨੇਸ਼ਨ ਨੂੰ ਲੈ ਕੇ। ਦੇਖੋ, ਸੁਨੀਲ ਜਾਖੜ ਦੇ ਪੁਰਾਣੇ ਸਾਥੀ ਤੇ ਨਵੇਂ ਦੁਸ਼ਮਣ ਨੇ ਰਾਜਾ ਵੜਿੰਗ ਸਿਆਸਤ ਦੇ ਵਿੱਚ, ਔਰ ਸੂਬੇ ਦੇ ਕਾਂਗਰਸ ਦੇ ਪ੍ਰਧਾਨ ਵੀ ਨੇ। ਔਰ ਅਮੂਮਨ ਜਦੋਂ ਇਸ ਤਰੀਕੇ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਜਿਹੜੀ ਵਿਰੋਧੀ ਪਾਰਟੀ ਹੁੰਦੀ ਹੈ ਉਸ ਨੂੰ ਇੱਕ ਮੌਕਾ ਵੀ ਮਿਲ ਜਾਂਦਾ ਵਾ। ਔਰ ਸੁਨੀਲ ਜਾਖੜ ਦੇ ਨਾਲ ਦੋਸਤੀ ਤੋਂ ਲੈ ਕੇ ਦੁਸ਼ਮਣੀ ਤੱਕ ਦਾ ਸਿਆਸੀ ਤੌਰ ਤੇ ਜਿਹੜਾ ਸਫ਼ਰ ਹੈ ਰਾਜਾ ਵੜਿੰਗ ਦਾ, ਤਾਂ ਰਾਜਾ ਵੜਿੰਗ ਉਸ ਵੇਲੇ ਤੰਜ ਕੱਸ ਰਹੇ ਨੇ ਸੁਨੀਲ ਜਾਖੜ ਦੇ ਉੱਤੇ ਜਦੋਂ ਇਹ ਖਬਰਾਂ, ਇਹ ਚਰਚਾਵਾਂ ਕਈ ਥਾਈ ਲੱਗਣੀਆਂ ਸ਼ੁਰੂ ਹੋ ਗਈਆਂ ਕਿ ਸੁਨੀਲ ਜਾਖੜ ਅਸਤੀਫਾ ਦੇ ਚੁੱਕੇ ਨੇ, ਤਾਂ ਫਿਰ ਰਾਜਾ ਵੜਿੰਗ ਕਿਉਂਕਿ ਇਸ ਕਰਕੇ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਰਹਿ ਚੁੱਕੇ ਨੇ, ਕਾਂਗਰਸ ਤੋਂ ਬਾਅਦ ਬੀਜੇਪੀ 'ਚ ਆਏ ਨੇ, ਤਾਂ ਬੀਜੇਪੀ 'ਚ ਹੁਣ ਜਦੋਂ ਅਸਤੀਫੇ ਦੀ ਖਬਰ ਸਾਹਮਣੇ ਆਈ ਤਾਂ ਪੁੱਛ ਰਹੇ ਨੇ ਕਿ ਹੁਣ ਕਿੱਥੇ ਜਾਓਗੇ ਜਾਖੜ ਸਾਹਿਬ। ਆਲ ਦਾ ਬੈਸਟ, ਇਸ ਤਰੀਕੇ ਦਾ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਬੀਜੇਪੀ ਪੂਰੀ ਤਰੀਕੇ ਦੇ ਨਾਲ ਸੁਨੀਲ ਜਾਖੜ ਦੇ ਨਾਲ ਖੜਦੀ ਹੋਈ ਨਜ਼ਰ ਆ ਰਹੀ ਹੈ। ਅਨਿਲ ਸਰੀਨ,
ਜਿਹੜੇ ਮਹਾਂਸਚਿਵ ਨੇ ਬੀਜੇਪੀ ਦੇ ਪੰਜਾਬ ਦੇ, ਉਹ ਖੁੱਲ੍ਹ ਕੇ ਕਹਿ ਰਹੇ ਨੇ ਕਿ ਇਸ ਤਰੀਕੇ ਦੀਆਂ ਖ਼ਬਰਾਂ ਸਿਰਫ਼ ਔਰ ਸਿਰਫ਼ ਅਫਵਾਹਾਂ ਨੇ। ਹਰਜੀਤ ਗਰੇਵਾਲ, ਜਿਨ੍ਹਾਂ ਨੇ ਪਿਛਲੇ ਦਿਨਾਂ 'ਚ ਸੰਗਠਨ 'ਚ ਨਵੇਂ ਲੋਕਾਂ ਦੇ ਆਉਣ ਨੂੰ ਲੈ ਕੇ ਸਵਾਲ ਖੜੇ ਕੀਤੇ ਸੀ, ਉਹ ਵੀ ਸੁਨੀਲ ਜਾਖੜ ਦੇ ਨਾਲ ਖੜਦੇ ਹੋਏ ਨਜ਼ਰ ਆ ਰਹੇ ਨੇ। ਤਾਂ ਅਜਿਹੇ 'ਚ ਸੁਨੀਲ ਜਾਖੜ, ਜਦੋਂ ਤੱਕ ਨਵੇਂ ਪ੍ਰਧਾਨ ਦੀਆਂ ਚੋਣਾਂ ਨਹੀਂ ਹੁੰਦੀਆਂ ਪੂਰੇ ਦੇਸ਼ ਭਰ ਦੇ ਵਿੱਚ, ਉਦੋਂ ਤੱਕ ਪਾਰਟੀ ਹਾਈਕਮਾਨ ਤੇ ਸੁਨੀਲ ਜਾਖੜ ਜਿਹੜੇ ਨੇ ਉਹ ਪ੍ਰਦੇਸ਼ ਦੇ ਬੀਜੇਪੀ ਦੇ ਪ੍ਰਧਾਨ ਬਣੇ ਰਹਿਣਗੇ। ਜੀ ਪੰਕਜ, ਕਿਤਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਰਵਨੀਤ ਬਿੱਟੂ ਦੇ ਜੇ ਅਸੀਂ ਐਂਗਲ ਦੀ ਗੱਲ ਕਰੀਏ, ਕਿਤਨਾ ਕਿਤੇ ਨਾਰਾਜ਼ਗੀ ਸੀ। ਤੁਸੀਂ ਹਰਜੀਤ ਗਰੇਵਾਲ ਨਾਲ ਵੀ ਗੱਲਬਾਤ ਕੀਤੀ ਸੀ, ਉਹਨਾਂ ਦਾ ਕਹਿਣਾ ਸੀ ਕਿ ਜੋ ਪੁਰਾਣੇ ਲੀਡਰ ਆਏ ਨੇ ਉਹਨਾਂ ਨੂੰ ਤਵੱਜੋ ਇੰਨੀ ਪਾਰਟੀ 'ਚ ਨਹੀਂ ਦਿੱਤੀ ਗਈ, ਹਾਲਾਂਕਿ ਲੋਕ ਸਭਾ ਚੋਣਾਂ ਰਵਨੀਤ ਬਿੱਟੂ ਹਾਰ ਗਏ, ਉਸ ਤੋਂ ਬਾਅਦ ਵੀ ਉਹਨਾਂ ਨੂੰ ਮਿਨਿਸਟਰ ਆਫ ਸਟੇਟ ਬਣਾ ਦਿੱਤਾ ਗਿਆ, ਕੀ ਆਹ ਵੀ ਇੱਕ ਅਹਿਮ ਵਜ੍ਹਾ ਮੰਨੀ ਜਾਏ? ਦੇਖੋ, ਨਿਸ਼ਚਿਤ ਤੌਰ ਤੇ ਜਦੋਂ ਪਾਰਟੀ ਤੋਂ ਪਹਿਲਾਂ ਜਦੋਂ ਕਿਸਾਨ ਅੰਦੋਲਨ ਸੀ ਉਦੋਂ ਬੀਜੇਪੀ ਤੇ ਨਿਸ਼ਾਨੇ ਸਾਧੇ ਜਾ ਰਹੇ ਸੀਗੇ, ਤਾਂ ਪਾਰਟੀ ਦੇ ਅੰਦਰ ਬਹੁਤ ਸਾਰੇ ਲੀਡਰ ਹੁੰਦੇ ਨੇ ਜਿਨ੍ਹਾਂ ਨੂੰ ਦੁੱਖ ਔਰ ਦਰਦ ਹੁੰਦਾ। ਹਰਜੀਤ ਗਰੇਵਾਲ ਨੇ ਤਾਂ ਬਿਆਨ ਕਰਤਾ, ਕਈ ਲੀਡਰ ਬਿਆਨ ਨਹੀਂ ਕਰਦੇ, ਲੇਕਿਨ ਪਾਰਟੀ ਦੇ ਅੰਦਰ ਇਹ ਚਰਚਾ ਚੱਲਦੀ ਰਹਿੰਦੀ ਹੈ। ਔਰ ਸੁਨੀਲ ਜਾਖੜ ਨੂੰ ਵੀ ਕਿਤੇ ਨਾ ਕਿਤੇ ਇਸ ਗੱਲ ਦਾ ਮਲਾਲ ਹੋ ਸਕਦਾ ਹੈ ਕਿ ਪਾਰਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਕੋਲ ਹੈ ਪਿਛਲੇ ਕੁਝ ਸਮੇਂ ਤੋਂ। ਲੇਕਿਨ